ਇਹ ਬੜਾ ਹੀ ਪਰੰਪਰਾਗਤ ਖਿਡੌਣਾ ਹੈ ਜਿਸ ਦੇ ਨਾਲ ਕਈ ਹਿੰਦੁਸਤਾਨ ਦੀ ਪੀੜ੍ਹੀਆਂ ਖੇਡਦੀਆਂ ਆ ਰਹੀਆਂ ਨੇ। ਇਸ ਖਿਡੌਣੇ ਵਿੱਚ ਸੱਪ ਦੇ ਢਿੱਡ ਦੇ ਥੱਲੇ ਇੱਕ ਮਿੱਟੀ ਦੀ ਚਰਖੀ ਹੋਏਗੀ ਜਿਸ ਵਿੱਚ ਦੋ ਮੋਰੀਆਂ ਕੀਤੀਆਂ ਹੋਣਗੀਆਂ। ਇਸ ਮੋਰੀ ਵਿੱਚ ਇੱਕ ਰਬਰ ਬੈਂਡ ਬੰਨ੍ਹ ਦਿਓ। ਹੁਣ ਇਸ ਚਰਖੀ 'ਤੇ ਕਾਲੇ ਰੰਗ ਦਾ ਧਾਗਾ ਬੰਨ੍ਹ ਦਿਓ। ਤੁਸੀਂ ਜਦੋਂ ਰਬਰ ਬੈਂਡ ਨੂੰ ਫੜ ਕੇ ਚਰਖੀ ਨੂੰ ਘੁਮਾਓਗੇ ਤਾਂ ਕਾਲਾ ਧਾਗਾ ਆਪਣੇ ਆਪ ਹੀ ਚਰਖੀ ਉੱਤੇ ਲਿਪਟ ਜਾਊਗਾ। ਧਾਗੇ ਦਾ ਦੂਜਾ ਸਿਰਾ ਸੱਪ ਦੇ ਸਿਰ 'ਤੇ ਜਿਹੜੀ ਮੋਰੀ ਹੈ ਉਸ ਤੋਂ ਬਾਹਰ ਕੱਢ ਲਓ। ਤੁਸੀਂ ਵੇਖੋਗੇ ਕਿ ਧਾਗੇ ਨੂੰ ਖਿੱਚਣ ਦੇ ਨਾਲ ਰਬਰ ਬੈਂਡ ਚਰਖੀ ਉੱਤੇ ਚੜ੍ਹਦਾ ਉਤਰਦਾ ਹੈ ਜਿਸ ਨਾਲ ਚਰਖੀ ਘੁੰਮਦੀ ਹੈ। ਤੁਸੀਂ ਧਾਗੇ ਨੂੰ ਹੱਥ ਨਾਲ ਫੜ ਲਓ ਅਤੇ ਸੱਪ ਨੂੰ ਜ਼ਮੀਨ 'ਤੇ ਰੱਖ ਦਿਓ। ਹੁਣ ਤੁਸੀਂ ਧਾਗੇ ਨੂੰ ਖਿੱਚੋਗੇ ਤਾਂ ਰਬਰ ਬੈਂਡ ਚਰਖੀ ਉੱਤੇ ਚੜ੍ਹ ਜਾਏਗਾ। ਜਿਵੇਂ ਹੀ ਤੁਸੀਂ ਧਾਗੇ ਨੂੰ ਛੱਡੋਗੇ ਤਾਂ ਸੱਪ ਅੱਗੇ ਨੂੰ ਛਾਲ ਮਾਰੂਗਾ। ਕੁਝ ਇਸੇ ਤਰੀਕੇ ਨਾਲ ਸੱਪ ਅੱਗੇ ਨੂੰ ਵੱਧਦਾ ਹੈ। ਬੱਚੇ ਬੜੇ ਚਾਅ ਨਾਲ ਇਸ ਨਾਲ ਖੇਡਣਗੇ। ਇਹ ਸੱਪ ਵੀ ਬੜੀ ਚੰਗੀ ਤਰ੍ਹਾਂ ਅਸਲੀ ਸੱਪ ਦੀ ਚਾਲ ਦੀ ਨਕਲ ਕਰਦਾ ਹੈ।